ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਟ੍ਰੈਂਡ ਅਲਰਟ 'ਤੇ। ਤੁਹਾਨੂੰ ਦੱਸ ਦਈਏ, ਕੱਲ੍ਹ ਦੀ ਹੀ ਇੱਕ ਪੋਸਟ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਜੋ ਕਿ ਕਮਲ ਕੌਰ ਦੇ ਔਫੀਸ਼ੀਅਲ ਅਕਾਊਂਟ 'ਤੇ ਇੱਕ ਪਿੱਕ ਸ਼ੇਅਰ ਕੀਤੀ ਗਈ ਹੈ, ਜਿਸ ਦੇ ਵਿੱਚ ਕਮਲ ਕੌਰ ਦੀ ਪਿੱਕ ਹੈ ਅਤੇ ਉੱਪਰ ਲਿਖਿਆ ਹੋਇਆ ਹੈ RIP, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਕਮਲ ਕੌਰ ਦੀ ਮੌਤ ਹੋ ਚੁੱਕੀ ਹੈ। ਇੰਨਾ ਹੀ ਨਹੀਂ, ਇਸ ਪੋਸਟ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਵੀਰ ਕਮਲ ਕੌਰ ਦੀ ਡੈਥ ਬਾਰੇ ਦੱਸ ਰਿਹਾ ਹੈ ਅਤੇ ਨਾਲ ਹੀ ਉਸ ਦੇ ਅੰਤਿਮ ਸੰਸਕਾਰ ਦੀ ਜਗ੍ਹਾ ਵੀ ਕਲੀਅਰ ਕਰ ਰਿਹਾ ਹੈ। ਪਰ ਤੁਹਾਨੂੰ ਦੱਸ ਦਈਏ, ਆਡੀਅੰਸ ਵੱਲੋਂ ਸਿਰਫ ਇਹ ਮਜ਼ਾਕ ਸਮਝਿਆ ਜਾ ਰਿਹਾ ਹੈ, ਕਿਉਂਕਿ ਆਡੀਅੰਸ ਦਾ ਕਹਿਣਾ ਹੈ ਕਿ ਕੋਈ ਕਿਵੇਂ ਆਪਣੇ ਅਕਾਊਂਟ 'ਤੇ ਆਪਣੀ ਮੌਤ ਬਾਰੇ ਕੁਝ ਦੱਸ ਸਕਦਾ ਹੈ। ਆਡੀਅੰਸ ਖੂਬ ਮਜ਼ਾਕ ਉਡਾਉਂਦੀ ਹੋਈ ਦਿਖਾਈ ਦੇ ਰਹੀ ਹੈ। ਕਿਸੇ ਨੇ ਕਿਹਾ ਚਲੋ ਸ਼ੁਕਰ ਹੈ ਮਾਲਿਕ ਦਾ, ਕਿਸੇ ਨੇ ਕਿਹਾ ਰੈਸਟ ਇਨ ਪੀਸ, ਕਿਸੇ ਵੱਲੋਂ ਕਿਹਾ ਗਿਆ ਕੁਝ ਗਲਤ ਨਾ ਬੋਲੋ ਯਾਰ, ਕੀ ਪਤਾ ਕੀ ਹੋਇਆ। ਉੱਥੇ ਹੀ ਦੂਸਰੇ ਨੇ ਕਿਹਾ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੇ, ਐਂਡ ਇੱਕ ਕਮੈਂਟ ਦੇ ਵਿੱਚ ਇਸ ਸਭ ਨੂੰ ਮਜ਼ਾਕ ਦੱਸਿਆ ਗਿਆ। ਵੈਲ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਖਬਰ ਸੱਚੀ ਹੋ ਸਕਦੀ ਹੈ ਜਾਂ ਫਿਰ ਇਹ ਵੀ ਕਮਲ ਕੌਰ ਵੱਲੋਂ ਇੱਕ ਕੀਤਾ ਗਿਆ ਮਜ਼ਾਕ ਹੈ ਅਤੇ ਸਿਰਫ ਫੇਮ ਲਈ ਇਹ ਸਭ ਕੀਤਾ ਜਾ ਰਿਹਾ ਹੈ?